ਦੇਖ ਲੈ ਭਾਬੀ ਇਹਦੀ ਪਸੰਦ, ਮੇਰੀ ਕੋਈ ਪਸੰਦ ਨਹੀਂ ਸੀ, ਉਹ ਤਾਂ ਉਹੀ ਧੱਕਾ ਕਰ ਗਿਆ। ਮੈਂ ਸੱਚ ਕਹਾਂ ਮੇਰਾ ਸੂਟ ਜਮੀ ਨਹੀਂ ਪਸੰਦ ਹੈਗਾ। ਸਹੀ ਗੱਲ ਆ। ਕੋਈ ਨਾ ਭਾਬੀ ਤੂੰ ਚੇਂਜ ਕਰੇ ਸੂਟ। ਚੇਂਜ ਤਾਂ ਕਰੇ ਆਉਂਗੀ, ਹੁਣ ਜਾਊਗਾ ਕੌਣ ਮੇਰੇ ਨਾਲ? ਮੈਂ ਤਾਂ ਹੁਣ ਘਰ ਜਾਣਾ, ਇਹਨਾਂ ਦੇ ਆਉਣ ਦਾ ਟਾਈਮ ਹੋ ਗਿਆ। ਉਹ ਦੁਕਾਨਦਾਰ ਕਹਿੰਦਾ ਸਾਡੇ ਕੋਲ 10,000 ਤੱਕ ਦਾ ਸੂਟ ਆ। ਚੱਲ ਦੇਖਦੀ ਆ ਇਹਨਾਂ ਨੂੰ ਮਨਾ ਕੇ, ਇਹਨਾਂ ਨੂੰ ਮਨਾਉਣਾ ਕਿਹੜਾ ਸੌਖਾ ਆ। ਹੁਣੇ ਚਲੀ ਜਾ, ਨਾਲੇ ਹਲੇ ਟਾਈਮ ਵੀ ਬਹੁਤ ਥੋੜਾ ਜਿਹਾ ਹੋਇਆ, ਨਾਲੇ ਹੁਣ ਉਹ ਕੁਝ ਬੋਲੂਗਾ ਨੀ। ਚਲੋ ਦੇਖਦੀ ਆ ਤੁਹਾਡੇ ਵੀਰੇ ਨਾਲ ਗੱਲ ਕਰਕੇ। ਦੇਵ ਮੇਰੀ ਗੱਲ ਸੁਣਿਓ, ਤੁਹਾਨੂੰ ਪਤਾ ਮੈਂ ਸੂਟ ਲੈ ਕੇ ਆਈ ਸੀਗੀ, ਫੇਰ ਮੇਰੇ ਨਾਲ ਧੱਕਾ ਹੀ ਹੋ ਗਿਆ। ਤੇਰੇ ਨਾਲ ਧੱਕਾ ਹੋ ਗਿਆ? ਹੋਰ, ਮੈਨੂੰ ਜਮੀ ਨੀ ਪਸੰਦ ਹੈਗਾ ਸੂਟ। ਤੇਰੇ ਨਾਲ ਧੱਕਾ ਕਿਵੇਂ ਕੀਤਾ? ਤੁਹਾਡੀਆਂ ਭੈਣਾਂ ਨੇ, ਹੋਰ ਕੀ ਨੀ ਕਰਨਾ? ਫੇਰ ਮੈਂ ਕਰਾਂ, ਮੈਂ ਸੂਟ ਚੇਂਜ ਕਰਾ ਕੇ ਆਉਣਾ। ਜਾ ਫਿਰ, ਤੁਸੀਂ ਨਾ ਚੱਲੋ ਮੇਰੇ। ਮੈਂ ਕਦੇ ਜਾਵਾਂ? ਫਿਰ ਹੋਰ ਕੌਣ ਜਾਊਗਾ ਹੁਣ ਮੇਰੇ ਨਾਲ? ਜਿਹਨੂੰ ਮਰਜ਼ੀ ਲੈ ਜਾਵਾਂ ਜਾ। ਜਿਹਨੂੰ ਮਰਜ਼ੀ ਕਿ ਤੁਹਾਨੂੰ ਲੈ ਕੇ ਜਾਊਂਗੀ ਮੈਂ, ਬਸ ਚੇਂਜ ਹੀ ਕਰਾਉਣਾ। ਪੱਕੀ ਗੱਲ ਆ, ਚੇਂਜ ਹੀ ਕਰਾਉਣਾ ਨਾ? ਹਾਂ ਪੱਕੀ ਗੱਲ ਆ। ਚੱਲ ਹਲੇ ਤਾਂ ਕੱਪੜੇ ਨੀ ਚੱਕੇ ਸੀ, ਫੇਰ ਆ ਗਈ ਓਏ। ਕੀ ਹਾਲ ਆ ਭਰਾਵਾ? ਬਾਜੀ ਤੁਹਾਡੇ ਕਰਕੇ ਰੌਣਕ ਲੱਗੀ ਹੋਈ ਆ ਦੁਕਾਨ ਚ। ਇਹਨਾਂ ਨੂੰ ਸੂਟ ਪਸੰਦ ਨਹੀਂ ਆਇਆ। ਮੈਨੂੰ? ਮੈਨੂੰ ਤਾਂ ਤੂੰ ਸੂਟ ਲਵਾਵੇ ਤੇ ਕੱਟ ਕੇ ਨਹੀਂ ਦਿਖਾਇਆ। ਤੁਸੀਂ ਨਾ ਚੁੱਪ ਕਰਕੇ ਹੌਲੀ ਬੋਲੋ, ਚੇਂਜ ਕਰਾਉਣਾ ਕੁਛ ਤਾਂ ਕਹਿਣਾ ਹੀ ਪੈਣਾ। ਹੋਰ ਦਿਖਾ ਦੇ ਭਰਾਵਾ, ਕਹਿਤਾ ਇੱਤਾ ਹੁਣ। ਦੇਖੋ ਭਾਜੀ 2,000-2,500 ਤੱਕ ਇਹੀ ਰੇਂਜ ਹੈ, ਉਸ ਤੋਂ ਬਾਅਦ ਫਿਰ ਰੇਂਜ ਉੱਪਰ ਚੱਲੂਗੀ। ਹਾਂ ਹਾਂ ਚੱਲੂਗੀ। ਕੀ ਚੱਲੂਗੀ? ਚੱਲੂਗੀ। ਲਿਆ ਫਿਰ 5,000 ਤੱਕ ਚੋਟੀ ਤੇ ਦਿਖਾ। ਦਿਮਾਗ ਹਿੱਲ ਗਿਆ ਯਾਰ, ਇੰਨਾ ਮਹਿੰਗਾ ਸੂਟ ਤੂੰ ਕਰਨਾ? ਇੱਕ ਵਾਰ ਪਾਉਣਾ ਤੇ ਦੁਬਾਰਾ ਪਾਉਣਾ ਨੀ। 6,000 ਰੁਪਿਆ ਪਾਉਣਾ ਕਿਉਂ ਨੀ ਹੈਗਾ? ਪਾਉਂਗੇ। ਪਹਿਲਾਂ ਵੀ ਤੇਰੀ ਇੰਨੀ ਅਲਮਾਰੀ ਭਰੀ ਪਈ ਆ। ਇਹ ਨਾ ਖਾਸ ਵਿਆਹ ਮੇਰੇ ਪੇਕਿਆਂ ਦੇ ਵਿੱਚ ਆ, ਪਾਉਣਾ ਕਿਉਂ ਨੀ ਮੈਂ? ਤੁਸੀਂ ਦਿਖਾਓ ਵੀਰੇ। ਹਾਂਜੀ ਹੁਣ ਦੱਸੋ ਆ ਕਿੰਨੇ ਦਾ ਸੀਗਾ ਜਿਹੜਾ ਮੁੰਡਿਆ? 2,600 ਦਾ, ਸਸਤਾ ਹੀ ਸੀਗਾ। 2,600 ਦਾ ਸਸਤਾ ਆ? ਐ ਕਰੋ ਇੱਕੋ ਹੀ ਸੂਟ ਕੱਢੋ, ਸਿਲੈਕਟਡ ਜਿਹਾ ਕੱਢੋ ਬਸ। ਹਲੋ ਭੈਣ ਜੀ, ਇੰਨੀ ਰੇਂਜ ਚ ਸਭ ਤੋਂ ਸੋਹਣਾ ਸੂਟ ਆ ਜੀ। ਆਹ ਸੂਟ ਪਸੰਦ ਆ ਮੈਨੂੰ, ਆਹ ਦੇਖੋ ਕਿੰਨਾ ਸੋਹਣਾ ਹੈਗਾ ਨਾ? ਸੋਹਣਾ ਨਹੀਂ, ਆਹ ਨਹੀਂ ਮੈਨੂੰ ਨਹੀਂ ਪਸੰਦ ਹੈਗਾ ਇਹ। ਮੈਨੂੰ ਪਸੰਦ ਆ, ਮੈਂ ਪਾਉਣਾ ਕਿ ਤੁਸੀਂ ਪਾਉਣਾ? ਲੈ ਲਾ ਫਿਰ, ਕਿੰਨੇ ਦਾ ਇਹ? ਇਹ ਤਾਂ 6,600 ਦਾ ਜੀ। 6,600 ਦਾ? ਇੰਨਾ ਮਹਿੰਗਾ? ਰਹਿਣ ਦੇ, ਕੀ ਮਹਿੰਗਾ, ਤੁਸੀਂ ਤਾਂ 4,000 ਰੁਪਏ ਹੀ ਦੇਣਾ। 2,600 ਦਾ ਮੈਂ ਪਹਿਲਾਂ ਦੇਈ ਬੈਠੀ ਆ ਸੂਟ ਦਾ। ਮੈਂ ਦੇਣੇ? ਮੈਂ ਕਦੇ ਦੇਣੇ? ਤੁਸੀਂ ਇਹ ਦਓਗੇ? ਤੁਹਾਡੀ ਘਰ ਵਾਲੀ ਆ ਮੈਂ। ਤੂੰ ਕਿਹਾ ਸੀ ਚੇਂਜ ਕਰਨਾ ਇਕੱਲਾ, ਤੂੰ ਮੈਨੂੰ ਕਦੋਂ ਕਿਹਾ ਸੀਗਾ ਵੀ ਮੈਂ ਹੋਰ ਲੈਣਾ? ਚੰਗੀ ਗੱਲ ਆ ਯਾਰ ਤੁਹਾਡੇ ਵਾਸਤੇ। ਹੁਣ ਦੇ ਦੋ ਪੈਸੇ, ਮਸਾਂ ਤਾਂ ਪਸੰਦ ਆਇਆ ਸੂਟ ਮੈਨੂੰ। ਹਲੋ ਭੈਣ ਜੀ,